ਟਰੁੱਥਵੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ। ਬੀਤੇ ਦਿਨ ਮਹਾਨਗਰ ਦੇ ਫਾਇਰ ਬ੍ਰਿਗੇਡ ਚੌਂਕ ਵਿਖੇ ਬਠਿੰਡਾ ਪੁਲਿਸ ਦੁਆਰਾ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਸਹਾਰਾ ਜਨ ਸੇਵਾ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਨੂੰ ਚਲਾਨ ਕੱਟਣ ਦੀ ਥਾਂ ਵੰਡੇ ਗਏ ਮਾਸਕ। ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ। ਸਹਾਰਾ ਜਨ ਸੇਵਾ ਬਠਿੰਡਾ ਨੇ, ਉਹਨਾਂ ਦੇ ਪ੍ਰੈਜ਼ੀਡੈਂਟ ਹੈਗੇ ਨੇ ਮਿਸ ਗੋਇਲ, ਵਿਜੇ ਗੋਇਲ ਜੀ। ਉਹ ਵੈਸੇ ਵੀ ਤੁਹਾਨੂੰ ਪਤਾ ਹੀ ਆ ਵੀ ਹਰ ਟਾਈਮ ਸੋਸ਼ਲ ਬੰਦੇ ਨੇ, ਉਹ ਹਰ ਟਾਈਮ ਪਬਲਿਕ ਦੀ ਸੇਵਾ ਕਰਦੇ ਰਹਿੰਦੇ ਨੇ। ਪਰ ਅੱਜ ਕੱਲ੍ਹ ਦੇ ਜਿਹੜਾ ਕਰੋਨਾ ਬਰਸਟ ਹੋਇਆ ਉਹਦੇ ਵਿੱਚ ਇਹਨਾਂ ਨੇ ਮਾਸਕ ਕਾਫੀ ਮਾਤਰਾ ਵਿੱਚ, ਕਰੀਬ 1000 ਦੇ ਕਰੀਬ ਮਾਸਕ ਜਿਹੜਾ ਹੈਗਾ ਲੋਕਾਂ ਨੂੰ ਇਹ ਦਿੱਤਾ ਹੈਗਾ। ਮੈਨੂੰ ਇਹਨਾਂ ਨੇ ਆਖਿਆ ਸੀਗਾ ਵੀ ਤੁਸੀਂ ਆ ਕੇ ਵੰਡਿਓ। ਮੈਂ ਇਹਨਾਂ ਦਾ ਧੰਨਵਾਦੀ ਹਾਂ ਔਰ ਲੋਕਾਂ ਨੂੰ ਅਪੀਲ ਕਰਦਾ ਵੀ ਬਿਲਕੁਲ ਮਾਸਕ ਲਾ ਕੇ ਚੱਲੋ, ਸੋਸ਼ਲ ਡਿਸਟੈਂਸਿੰਗ ਰੱਖੋ ਔਰ ਸੈਨੇਟਾਈਜ਼ਰ ਯੂਜ਼ ਕਰੋ। ਔਰ ਕਰੋਨਾ ਕੋਵਿਡ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਹੜੇ ਇੱਕ ਬਠਿੰਡਾ ਦੇ ਕੰਟੋਨਮੈਂਟ ਏਰੀਆ ਨੇ ਉੱਥੇ ਸਹਾਰਾ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਅੱਜ ਸਹਾਰਾ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਜੋ ਲਗਾਤਾਰ ਜਾਰੀ ਰੱਖੀ ਜਾਵੇਗੀ, ਉਹ ਲੋਕਾਂ ਨੂੰ ਮਾਸਕ ਵੰਡੇ ਜਾਣਗੇ ਅਤੇ ਪਵਾਉਣ 'ਤੇ ਮਜਬੂਰ ਕੀਤਾ ਜਾਵੇਗਾ, ਕਿਉਂਕਿ ਚਲਾਨ ਕੱਟਣਾ ਕੋਈ ਇਸ ਸਮੱਸਿਆ ਦਾ ਹੱਲ ਨਹੀਂ। ਅਸੀਂ ਲੋਕਾਂ ਨੂੰ ਸੁਰੱਖਿਅਤ ਦੇਖਣਾ ਚਾਹੁੰਦੇ ਹਾਂ। ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਉਹਨਾਂ ਨੂੰ ਸੁਰੱਖਿਅਤ ਰਹਿਣਾ ਹੈ, ਆਪ ਰਹਿਣਾ ਅਤੇ ਸਮਾਜ ਨੂੰ ਸੁਰੱਖਿਅਤ ਰੱਖਣਾ ਹੈ, ਤਾਂ ਮਾਸਕ ਦਾ ਪ੍ਰਯੋਗ ਕਰੋ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋ। ਧੰਨਵਾਦ।